ਹਾਂਜੀ ਗੇਟਵੇ ਟੂ ਇੰਗਲਿਸ਼ ਚੈਨਲ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਸਿਹਤਯਾਬ ਹੋਵੋਗੇ ਬੇਟਾ ਅਤੇ ਤੁਹਾਡੀ ਫਰਸਟ ਟਰਮ ਦੀ ਤਿਆਰੀ ਵਧੀਆ ਚੱਲ ਰਹੀ ਹੋਊਗੀ ਤੇ ਫਰਸਟ ਟਰਮ ਦੀ ਤਿਆਰੀ ਲਈ ਹੀ 8th ਕਲਾਸ ਵਾਸਤੇ ਟੌਪਿਕ ਹੈਗਾ ਟੈਕਸਟ ਬੁੱਕ ਦੇ ਵਿੱਚ ਫਰਸਟ ਲੈਸਨ ਦੇ ਐਕਸਰਸਾਈਜ਼ ਦੇ ਵਿੱਚ ਇਹ ਟੌਪਿਕ ਹੈਗਾ ਫਾਰਮਸ ਆਫ ਸੈਂਟੈਂਸਸ ਮਤਲਬ ਟਾਈਪਸ ਆਫ ਸੈਂਟੈਂਸਸ ਠੀਕ ਹੈ ਵਾਕ ਦੀਆਂ ਕਿਸਮਾਂ ਕਿ ਵਾਕ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਠੀਕ ਹੈ ਇਸ ਦੇ ਆਧਾਰ ਤੇ ਬੇਟਾ ਤੁਹਾਡੇ ਕੋਲ ਜੇ ਪੇਪਰ ਦੇ ਵਿੱਚ ਫਸਟ ਟੈਰਮ ਦੇ ਵਿੱਚ ਕੁਐਸਚਨਸ ਆਉਣਗੇ ਵੈਸੇ ਤਾਂ ਹਰੇਕ ਕਲਾਸ ਦੇ ਵਿਦਿਆਰਥੀ ਲਈ ਇਹ ਵੀਡੀਓ ਲਾਭਦਾਇਕ ਹੋਊਗੀ ਕੋਈ ਵੀ ਵਿਦਿਆਰਥੀ ਇਸ ਨੂੰ ਦੇਖ ਸਕਦਾ ਹੈ ਤੇ ਕਨਸੈਪਟ ਕਲੀਅਰ ਹੋਊਗਾ ਜਿਵੇਂ ਕਿ ਪਹਿਲਾਂ ਵੀ ਆਪਾਂ ਵੀਡੀਓ ਅਪਲੋਡਸ ਕੀਤੀਆਂ ਨੇ ਬੇਟਾ ਠੀਕ ਹੈ ਤੇ ਇਹ ਵੀਡੀਓ ਵੀ ਆਪਣੀ ਜੋ ਹੈ ਇਸ ਦੇ ਵਿੱਚ ਵੀ ਦੋ ਸੈਕਸ਼ਨ ਨੇ ਫਸਟ ਸੈਕਸ਼ਨ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰੂੰਗਾ ਇਸ ਟੌਪਿਕ ਦੇ ਬਾਰੇ ਠੀਕ ਹੈ ਟਾਈਪਸ ਆਫ ਸੈਂਟੈਂਸਸ ਬਾਰੇ ਉਸ ਤੋਂ ਬਾਅਦ ਇੱਕ ਪ੍ਰੈਕਟਿਸ ਸੈੱਟ ਹੈ ਆਪਣੇ ਕੋਲ 20 ਕੁਐਸਚਨਸ ਨੇ ਬੀ ਕੁਐਸਚਨਸ ਨੇ ਇਸ ਤੇ ਬੇਸਿਸ ਤੇ ਕੁਐਸਚਨਸ ਬਣਾਏ ਗਏ ਨੇ ਯਾਨੀ ਕਿ ਤੁਹਾਡੀ ਰਿਵੀਜ਼ਨ ਹੋ ਜਾਏਗੀ ਵਧੀਆ ਪਹਿਲਾਂ ਮੈਂ ਸਮਝਾ ਵੀ ਦੂੰਗਾ ਫਿਰ ਰਿਵੀਜ਼ਨ ਹੋ ਜਾਊਗੀ ਤਿਆਰੀ ਹੋ ਜਾਊਗੀ ਪੂਰੀ ਠੀਕ ਹੈ ਆਓ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸੈਂਟੈਂਸਸ ਕੈਨ ਬੀ ਕਲਾਸੀਫਾਈਡ ਇਨਟੂ 5 ਇੰਪੋਰਟੈਂਟ ਟਾਈਪਸ ਅਕੋਰਡਿੰਗ ਟੂ ਦਾ ਫੰਕਸ਼ਨਸ ਦੇ ਪਰਫਾਰਮ ਠੀਕ ਹੈ ਯਾਨੀ ਕਿ ਸੈਂਟੈਂਸਸ ਨੂੰ ਬੇਟਾ ਪੰਜ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਪੰਜ ਤਰ੍ਹਾਂ ਦੇ ਸੈਂਟੈਂਸਸ ਹੁੰਦੇ ਨੇ ਉਹਨਾਂ ਦੇ ਫੰਕਸ਼ਨ ਦੇ ਆਧਾਰ ਤੇ ਕੰਮ ਦੇ ਆਧਾਰ ਤੇ ਠੀਕ ਹੈ ਕੰਮ ਦੇ ਆਧਾਰ ਤੇ ਸੈਂਟੈਂਸਿਸ ਦੀ ਕਿੰਨੀ ਟਾਈਪਸ ਨੇ ਬੇਟਾ 5 ਇਹ ਯਾਦ ਰੱਖਣਾ ਠੀਕ ਹੈ ਕਿੰਨੀਆਂ ਟਾਈਪਸ ਨੇ 5 5 ਕਿਹੜੀਆਂ-ਕਿਹੜੀਆਂ ਨੇ ਅਸਰਟਿਵ ਸੈਂਟੈਂਸ ਹੁੰਦਾ ਬੇਟਾ ਇਨਟ੍ਰੋਗੇਟਿਵ ਇੰਪੈਰੇਟਿਵ ਐਕਸਕਲੇਮੇਟਰੀ ਐਂਡ ਅਪੇਟਿਟਿਵ ਇਹ ਪੰਜ ਤਰ੍ਹਾਂ ਦੇ ਸੈਂਟੈਂਸਿਸ ਨੇ ਯਾਦ ਰੱਖਿਓ ਠੀਕ ਹੈ ਬਰੀਫਲੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਸਰਟਿਵ ਸੈਂਟੈਂਸ ਅ ਸਰਟਿਵ ਸੈਂਟੈਂਸ ਕਿਹੜਾ ਹੁੰਦਾ ਬੇਟਾ ਐਂਡ ਅ ਸਰਟਿਵ ਸੈਂਟੈਂਸ ਇਜ਼ 1 ਦੈਟ ਮੇਕਸ ਅ ਸਟੇਟਮੈਂਟ ਔਰ ਅਸਰਸਨ ਅਸਰਟਿਵ ਸੈਂਟੈਂਸ ਉਹ ਹੁੰਦਾ ਹੈ ਜੋ ਇੱਕ ਸਿਰਫ ਕਥਨ ਦੱਸਦਾ ਹੈ ਆਪਾਂ ਨੂੰ ਸਿਰ ਇੱਕ ਸਟੇਟਮੈਂਟ ਹੁੰਦੀ ਹੈ ਅਸਰਸਨ ਵੀ ਕਹਿ ਸਕਦੇ ਐਸ ਨੂੰ ਸਟੇਟਮੈਂਟ ਨੂੰ ਠੀਕ ਹੈ ਤੇ ਇਟ ਮੇ ਬੀ ਅਫਰਮੇਟਿਵ অর ਨੈਗੇਟਿਵ ਇਹ ਧਿਆਨ ਰੱਖਣਾ ਇਹ ਸੈਂਟੈਂਸ ਜੋ ਹੈ ਅਸਰਟਿਵ ਐ ਅਫਰਮੇਟਿਵ ਵੀ ਹੋ ਸਕਦਾ ਹੈ ਨੈਗੇਟਿਵ ਵੀ ਹੋ ਸਕਦਾ ਹੈ ਇੱਥੇ ਇੱਕ ਗੱਲ ਹੋਰ ਫਿਰ ਧਿਆਨ ਰੱਖਣ ਵਾਲੀ ਬਣ ਜਾਂਦੀ ਹੈ ਕਿ ਜੋ ਅਫਰਮੇਟਿਵ ਸੈਂਟੈਂਸ ਹੈ ਉਸ ਨੂੰ ਪੋਜ਼ਿਟਿਵ ਸੈਂਟੈਂਸ ਵੀ ਕਿਹਾ ਜਾਂਦਾ ਹੈ ਧਿਆਨ ਰੱਖਿਓ ਅਫਰਮੇਟਿਵ ਤੇ ਪੋਜ਼ਿਟਿਵ ਇੱਕੋ ਹੀ ਗੱਲ ਹੈ ਅਫਰਮੇਟਿਵ ਸੈਂਟੈਂਸ ਪੋ ਤੇ 네ਗੇਟਿਵ ਅਲੱਗ ਹੋ ਗਿਆ ਇਹ ਦੋਨੋਂ ਹੀ ਤਰ੍ਹਾਂ ਦਾ ਹੋ ਸਕਦਾ ਅਸਰਟਿਵ ਸੈਂਟੈਂਸ ਯਾਨੀ ਕਿ ਇੱਕ ਕੁਐਸਚਨ ਬਣਦਾ ਹੈ ਕਿ ਅਸਰਟਿਵ ਸੈਂਟੈਂਸ ਕਿੰਨੇ ਤਰ੍ਹਾਂ ਦਾ ਹੁੰਦਾ ਹੈ ਅਸਰਟਿਵ ਸੈਂਟੈਂਸ ਦੋ ਤਰ੍ਹਾਂ ਦਾ ਹੋ ਸਕਦਾ ਹੈ ਪੋਜ਼ਿਟਿਵ ਐਂਡ 네ਗੇਟਿਵ ਠੀਕ ਹੈ ਧਿਆਨ ਰੱਖਣੀ ਹੈ ਗੱਲ ਅੱਗੇ ਦੇਖੋ ਐਨ ਅਸਰਟਿਵ ਸੈਂਟੈਂਸ ਐਂਡਸ ਵਿਦ ਅ ਪੀਰੀਅਡ অর ਫੁੱਲ ਸਟਾਪ ਧਿਆਨ ਰੱਖਣਾ ਜੋ ਅਸਰਟਿਵ ਸੈਂਟੈਂਸ ਹੈ ਉਸਦੇ ਐਂਡ ਤੇ ਹਮੇਸ਼ਾ ਜੋ ਹੈ ਕੀ ਲੱਗਦਾ ਹੈ ਫੁੱਲ ਸਟਾਪ ਲੱਗਦਾ ਹੈ ਜਿਸ ਨੂੰ ਕਿ ਪੀਰੀਅਡ ਵੀ ਕਹਿ ਸਕਦੇ ਆਪਾਂ ਫੁੱਲ ਸਟਾਪ ਹੈ ਠੀਕ ਹੈ ਇਹ ਧਿਆਨ ਰੱਖਿਓ ਫੁੱਲ ਸਟਾਪ ਲੱਗਦਾ ਹੈ ਅਸਰਟਿਵ ਸੈਂਟੈਂਸ ਦੇ ਐਂਡ ਤੇ ਇਹ ਵੀ ਕੁਐਸਚਨ ਬਣੇਗਾ ਜਿਵੇਂ ਕਿ ਐਗਜ਼ਾਮਪਲਸ ਦੇਖ ਲਓ ਇੱਕ ਦੋ ਐਗਜ਼ਾਮਪਲ ਲੈਂਦੇ ਹਾਂ ਵੀ ਲਵ ਆਵਰ ਕੰਟਰੀ ਠੀਕ ਹੈ ਅਫਰਮੇਟਿਵ ਸੈਂਟੈਂਸ ਹੈ ਠੀਕ ਹੈ ਇਸ ਦੇ ਵਿੱਚ ਸਟੇਟਮੈਂਟ ਹੈ ਦੱਸੀ ਗਈ ਹੈ ਗੱਲ ਯਾਨੀ ਕਿ ਸਿੱਧਾ ਸਿੱਧਾ ਸਿੰਪਲ ਵੇ ਦੇ ਵਿੱਚ ਗੱਲ ਨੂੰ ਗੱਲ ਦੱਸੀ ਗਈ ਹੈ ਵੀ ਲਵ ਆਵਰ ਕੰਟਰੀ ਵੀ ਅਸੀਂ ਸਾਡੇ ਦੇਸ਼ ਨੂੰ ਪਿਆਰ ਕਰਦੇ ਹਾਂ ਠੀਕ ਹੈ ਇਹ ਅਫਰਮੇਟਿਵ ਸੈਂਟੈਂਸ ਹੈ ਇਹ ਦੇ ਲਾਸਟੇ ਅਸਰਟਿਵ ਸੈਂਟੈਂਸ ਜਿਹੜੇ ਹੁੰਦੇ ਨੇ ਉਹਦੇ ਫੁੱਲ ਸਟਾਪ ਲੱਗਿਆ ਹੁੰਦਾ ਠੀਕ ਹੈ ਵੀ ਸਪੀਕਸ ਦਾ ਟਰੂਥ ਅਸਰਟਿਵ ਅਫਰਮੇਟਿਵ ਸੈਂਟੈਂਸ ਹੈ ਠੀਕ ਹੈ ਬਟ ਕਿ ਇਹ ਪੋਜੀਟਿਵ ਹੈ ਆਈ ਡੋਨਟ ਲਾਈਕ ਦਿਸ ਪਿਕਚਰ 네ਗੇਟਿਵ ਹੈ ਹੈ ਅਸਰਟਿਵ ਇਸ ਦੇ ਵਿੱਚ ਵੀ ਗੱਲ ਦੱਸੀ ਗਈ ਹੈ ਨਾ ਦੇਖੋ ਆਈ ਡੋਨਟ ਲਾਈਕ ਦਿਸ ਪਿਕਚਰ ਮੈਨੂੰ ਮੈਂ ਇਹ ਤਸਵੀਰ ਪਸੰਦ ਨਹੀਂ ਕਰਦਾ ਹਾਂ ਗੱਲ ਤਾਂ ਦੱਸੀ ਗਈ ਹੈ ਪਰ 네ਗੇਟਿਵਲੀ ਦੱਸੀ ਗਈ ਹੈ ਤਾਂ ਸੈਂਟੈਂਸ ਤਾਂ 네ਗੇਟਿਵ ਹੈ ਠੀਕ ਹੈ ਹੈ ਕੌਣਾ ਹੈ ਜਿਹੜਾ ਅਸਰਟਿਵ ਅਸਰਟਿਵ ਦੀ ਕਿਸਮ ਹੋ ਗਈ ਇਹ ਠੀਕ ਹੈ ਅੱਗੇ ਦੇਖੋ ਰਕੇਸ਼ ਡਸ ਨੋ ਕਿਹੜਾ ਹੈ ਅਸਰਟਿਵ ਅਸਰਟਿਵ ਦੀ ਕਿਸਮ ਹੈ ਅਸਰਟਿਵ ਦੇ ਇਹ ਦੋ एग्जांपल ਪਹਿਲੇ ਐਫਰਮੇਟਿਵ ਦੇ ਹੋਗੇ ਯਾਨੀ ਕਿ ਪੋਜੀਟਿਵ ਵੀ ਕਹਿ ਸਕਦੇ ਇਹਨਾਂ ਨੂੰ ਤੇ ਇਹ 네ਗੇਟਿਵ ਹੋਗੇ ਕਲੀਅਰ ਇਹਨਾਂ ਅਸਰਟਿਵ ਸੈਂਟੈਂਸ ਇਸ ਸਮਟਾਈਮਸ ਆਲਸੋ ਕੋਲਡ ਡਿਕਲੇਰੇਟਿਵ ਸੈਂਟੈਂਸ ਇਹ ਵੀ ਯਾਦ ਰੱਖਿਓ ਇਸ ਨੂੰ ਜੋ ਆਪਾਂ ਡਿਕਲੇਰੇਟਿਵ ਸੈਂਟੈਂਸ ਵੀ ਕਹਿ ਦਿੰਦੇ ਆਂ ਕਈ ਵਾਰ ਠੀਕ ਹੈ ਅਸਰਟਿਵ ਨੂੰ ਡਿਕਲੇਰੇਟਿਵ ਵੀ ਕਿਹਾ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਗੱਲ ਡਿਕਲੇਅਰ ਕੀਤੀ ਗਈ ਹੁੰਦੀ ਹੈ ਦੱਸੀ ਗਈ ਹੁੰਦੀ ਹੈ ਠੀਕ ਹੈ ਕੋਸ਼ਣਾ ਕੀਤੀ ਗਈ ਹੁੰਦੀ ਹੈ ਠੀਕ ਹੈ ਅੱਗੇ ਦੇਖੋ ਇਨਟ੍ਰੋਗੇਟਿਵ ਇਹ ਤੁਹਾਨੂੰ ਪਤਾ ਹੀ ਹੋਣਾ ਸਾਰੇ ਬੱਚਿਆਂ ਨੂੰ ਇਨਟ੍ਰੋਗੇਟਿਵ ਸੈਂਟੈਂਸ ਯਾਨੀ ਕਿ ਪ੍ਰਸ਼ਨਵਾਚਕ ਵਾਕ ਠੀਕ ਹੈ ਇਨਟ੍ਰੋਗੇਟਿਵ ਸੈਂਟੈਂਸ ਕੀ ਹੁੰਦਾ ਜਿਸ ਦੇ ਵਿੱਚ ਕੋਈ ਨਾ ਕੋਈ ਕੁਐਸਚਨ ਪੁੱਛਿਆ ਗਿਆ ਹੁੰਦਾ ਉਸ ਨੂੰ ਆਪਾਂ ਕੀ ਕਹਿੰਦੇ ਇਨਟ੍ਰੋਗੇਟਿਵ ਸੈਂਟੈਂਸ ਕਹਿੰਦੇ ਹਾਂ ਠੀਕ ਹੈ ਜਿਸ ਤਰ੍ਹਾਂ ਕਿ ਵੇਅਰ ਇਜ਼ ਮਾਈ ਬੁੱਕ ਮੇਰੀ ਕਿਤਾਬ ਕਿੱਥੇ ਹੈ ਠੀਕ ਹੈ ਇਹ ਪਰਸਨ ਪੁੱਛ ਲਿਆ ਮੇਰੀ ਕਿਤਾਬ ਕਿੱਥੇ ਹੈ ਇਨਟ੍ਰੋਗੇਟਿਵ ਸੈਂਟੈਂਸ ਹੋ ਗਿਆ ਇਸ ਦੀ ਪਛਾਣ ਹੈ ਕਿ ਲਾਸਟ ਤੇ ਕੁਐਸਚਨ ਮਾਰਕ ਲੱਗਿਆ ਹੁੰਦਾ ਆ ਦੇਖੋ ਕੁਐਸਚਨ ਮਾਰਕ ਲੱਗਦਾ ਲਾਸਟ ਤੇ ਜਿਹੜੇ ਠੀਕ ਹੈ ਕਿਸੇ ਵੀ ਹੈਲਪਿੰਗ ਵਰਬ ਤੋਂ ਵੀ ਸ਼ੁਰੂ ਹੋ ਸਕਦੇ ਨੇ ਇਹ ਜਾਂ WH ਫੈਮਿਲੀ ਜਿਵੇਂ ਵੇਅਰ ਹੋ ਗਿਆ ਵਾਈ ਹੋ ਗਿਆ ਵਾਟ ਵੈਨ ਹੂਜ਼ ਹੂਮ ਹੂ ਠੀਕ ਹੈ ਇਹਨਾਂ ਨਾਲ ਵੀ ਸ਼ੁਰੂ ਹੋ ਸਕਦੇ ਨੇ ਇਹ ਜਿਹਨੂੰ ਆਪਾਂ ਕਹਿੰਦੇ ਇਨਟ੍ਰੋਗੇਟਿਵ ਸੈਂਟੈਂਸਿਸ ਠੀਕ ਹੈ ਉਸ ਤੋਂ ਬਾਅਦ ਦੇਖੋ ਇੰਪੇਰਟਿਵ ਸੈਂਟੈਂਸਿਸ ਠੀਕ ਹੈ ਪੰਜ ਨੇ ਟੋਟਲ ਹੈ ਤੀਜਾ ਆਪਾਂ ਡਿਸਕਸ ਕਰ ਰਹੇ ਹਾਂ ਉਸ ਤੋਂ ਬਾਅਦ ਪ੍ਰੈਕਟਿਸ ਸੈਟ ਲਗਾਵਾਂਗੇ ਬੇਟਾ ਵੀਡੀਓ ਨੂੰ ਜੇਕਰ ਹੁਣ ਤੱਕ ਲਾਈਕ ਨਹੀਂ ਕੀਤਾ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੇਟਾ ਠੀਕ ਹੈ ਆ ਦੇਖੋ ਅਗੇ ਇੰਪੈਰੇਟਿਵ ਸੈਂਟੈਂਸ ਆ ਗਿਆ ਹੁਣ ਇੰਪੈਰੇਟਿਵ ਸੈਂਟੈਂਸ ਕਿਹੜੇ ਹੁੰਦੇ ਨੇ which expresses command ਜੋ ਕਿਸੇ ਨਾ ਕਮਾਂਡ ਨੂੰ ਐਕਸਪ੍ਰੈਸ ਕਰਦੇ ਨੇ ਵਿਅਕਤ ਕਰਦੇ ਨੇ ਕਮਾਂਡ ਨੂੰ ਜਾਂ ਰਿਕਵੈਸਟ ਹੁੰਦੀ ਹੈ ਇਸ ਦੇ ਵਿੱਚ ਬੇਨਤੀ ਕੀਤੀ ਗਈ ਹੁੰਦੀ ਹੈ ਜਾਂ ਕਿਸੇ ਨੂੰ ਸਲਾਹ ਦਿੱਤੀ ਗਈ ਹੁੰਦੀ ਹੈ ਠੀਕ ਹੈ ਜਾਂ ਐਂਟ੍ਰੀਟੀ ਐਂਟ੍ਰੀਟੀ ਦਾ ਮਤਲਬ ਹੀ ਬੇਨਤੀ ਹੈ ਬੇਟਾ ਬਿਨੰਬਰ ਬੇਨਤੀ ਹੰਬਲ ਰਿਕਵੈਸਟ ਆਪਾਂ ਕਹਿ ਦਿੰਦੇ ਹਾਂ ਠੀਕ ਹੈ ਯਾਨੀ ਕਿ ਇੰਪੈਰੇਟਿਵ ਸੈਂਟੈਂਸ ਦੇ ਵਿੱਚ ਤਿੰਨ ਚੀਜ਼ਾਂ ਹੋ ਸਕਦੀਆਂ ਨੇ ਕਮਾਂਡ ਹੁਕਮ ਆਰਡਰ ਵੀ ਕਹਿ ਸਕਦੇ ਆਪਾਂ ਰਿਕਵੈਸਟ ਹੋਊਗੀ ਜਾਂ ਸਲਾਹ ਦਿੱਤੀ ਗਈ ਹੋਊ ਕਿਸੇ ਨੂੰ ਠੀਕ ਹੈ ਉਹਨਾਂ ਨੂੰ ਕਹਿੰਦਾ ਆਪਾਂ ਇੰਪੈਰੇਟਿਵ ਸੈਂਟੈਂਸਿਸ ਐਗਜ਼ਾਮਪਲਸ ਦੇਖੋ ਸ਼ਟ ਦਾ ਡੋਰ ਸ਼ਟ ਦਾ ਫਰੰਟ ਡੋਰ ਠੀਕ ਸਾਹਮਣੇ ਵਾਲਾ ਦਰਵਾਜ਼ਾ ਬੰਦ ਕਰ ਦਿਓ ਕਮਾਂਡ ਹੈ ਨਾ ਹੁਕਮ ਕੀ ਤੈ ਹੀ ਬੰਦ ਕਰੋ ਦਰਵਾਜਾ ਫਾਈਂਡ ਮਾਈ ਲੈਦਰ ਜੈਕਟ ਮੇਰੀ ਲੈਦਰ ਵਾਲ ਜੈਕਟ ਲੈ ਕੇ ਆਓ ਇਹ ਵੀ ਕਮਾਂਡ ਹੈ ਠੀਕ ਹੈ ਆਰਡਰ ਹੈ ਕਮਾਂਡ ਕਹਿ ਲੋ ਆਰਡਰ ਕਹਿ ਲੋ ਠੀਕ ਹੈ ਦੈਨ ਕਲੀਨ ਯੂਰ ਰੂਮ ਕਮਾਂਡ ਹੈ ਵੇਟ ਫॉर ਮੀ ਠੀਕ ਹੈ ਵੇਟ ਫॉर ਮੀ ਇੰਟਰੀਟੀ ਇਥੇ ਬੇਨਤੀ ਕਿ ਤੁਸੀਂ ਇੰਤਜ਼ਾਰ ਕਰੋ ਮੈਂ ਆ ਰਿਹਾ ਠੀਕ ਹੈ ਆਉਂਦਾ ਮੈਂ ਗੈਟ ਆਊਟ ਕਮਾਂਡ ਹੈ ਠੀਕ ਹੈ ਮੇਕ ਸ਼ੋਰ ਯੂ ਪੈਕ ਵਾਰਮ ਕਲੋਸ ਐਡਵਾਈਸ ਹੈ ਇਥੇ ਮੇਕ ਸ਼ੋਰ ਯੂ ਪੈਕ ਵਾਰਮ ਕਲੋਸ ਇਹ ਸ਼ੋਰ ਕਰੋਗਾ ਕਿ ਤੁਸੀਂ ਗਰਮ ਕਪੜੇ ਪੈਕ ਕਰਦੇ ਹੋ ਠੀਕ ਹੈ ਪਲੀਜ਼ ਬੀ ਕਵਾਈਟ ਕਿਰਪਾ ਕਰਕੇ ਸ਼ਾਂਤ ਰਹੋ ਰੀਕਵੈਸਟ ਹੋ ਗਈ ਇੰਟ੍ਰੈਕਤੀ ਕੈਲੋ ਰਿਕਵੈਸਟ ਕਰ ਲੋ ਠੀਕ ਹੈ ਨਾ ਮੈਨੂੰ ਲੱਗਦਾ ਵੀ ਤੁਹਾਨੂੰ ਹੁਣ ਤੱਕ ਇਹ ਗੱਲ ਕਰੀ ਲਏ ਹੋਊਗੀ ਹੋਊਗੀ ਇੰਪੈਰੇਟਿਵ ਸੈਂਟੈਂਸਸ ਬਾਰੇ ਠੀਕ ਹੈ ਇੱਕ ਗੱਲ ਮੈਂ ਹੋਰ ਦੱਸਣਾ ਹੈ ਦੇਖੋ ਇੰਪੈਰੇਟਿਵ ਸੈਂਟੈਂਸ ਦੀ ਇੱਕ ਤਾਂ ਇਹਨਾਂ ਚੀਜ਼ ਨਾਲ ਹੀ ਪਛਾਣ ਹੋ ਜਾਊਗੀ ਵੀ ਕਮਾਂਡ ਦਿੱਤੀ ਹੋਈ ਆ ਜਾਂ ਐਡਵਾਈਸ ਹੈ ਜਾਂ ਰਿਕਵੈਸਟ ਹੈ ਠੀਕ ਹੈ ਦੂਸਰੀ ਗੱਲ ਇਹ ਤੇ ਧਿਆਨ ਰੱਖਣੀ ਹੋਈ ਹੈ ਫਰਸਟ ਫਾਰਮ ਤੋਂ ਸਟਾਰਟ ਹੁੰਦੇ ਨੇ ਹਮੇਸ਼ਾ ਅਨੁਕੋਸ਼ ਸ਼ੱਟ ਵਰਬ ਦੀ ਫਰਸਟ ਫਾਰਮ ਹੈ ਫਾਈਂਡ ਫਰਸਟ ਫਾਰਮ ਹੈ ਕਲੀਨ ਫਰਸਟ ਫਾਰਮ ਹੈ ਠੀਕ ਹੈ ਵੇਟ ਫਰਸ ਬੀ ਨਾਈਸ ਬੀ ਫਸਟ ਫਾਰਮ ਹੈ ਸਿੱਟ ਫਸਟ ਫਾਰਮ ਹੈ ਪਲੀਜ਼ ਹੈਲਪ ਹੈਲਪ ਫਸਟ ਫਾਰਮ ਹੈ ਠੀਕ ਹੈ ਇਥੇ ਆਨੇ ਫਰਸਟ ਫਾਰਮ ਤੋਂ ਪਹਿਲਾਂ ਪਲੀਜ਼ ਕਾਈਂਡਲੀ ਇਸ ਤਰ੍ਹਾਂ ਦੇ ਵਰਡਸ ਵੀ ਹੋ ਸਕਦੇ ਨੇ ਠੀਕ ਹੈ ਹੈਲਪ ਦਾ ਪੂਰੇ ਹੈਲਪ ਕੀ ਹੈ ਫਰਸਟ ਫਾਰਮ ਹੈ ਠੀਕ ਹੈ ਡੂ ਪੇ ਅਸ ਡੂ ਕੀ ਹੈ ਇਹ ਫਰਸਟ ਫਾਰਮ ਵਰਬ ਦੀ ਇਥੇ ਹੈਲਪਿੰਗ ਵਰਬ ਨਹੀਂ ਹੈਗੀ ਇਹ ਠੀਕ ਹੈ ਫਰਸਟ ਫਾਰਮ ਹੀ ਹੈ ਡੂ ਪੇ ਅਸ ਵਿਜ਼ਿਟ ਸਮ ਟਾਈਮ ਵੀ ਕਦੇ ਕਦੇ ਨਾ ਕਦੇ ਸਾਡੇ ਕਰੇ ਆਓ ਸਾਡੀ ਕਰਦੀ ਯਾਤਰਾ ਕਰੋ ਠੀਕ ਹੈ ਇਹ ਹੈ ਬੇਨਤੀ ਹੈ ਸੋ ਇਹ ਯਾਦ ਰੱਖਣਾ ਤੁਸੀਂ ਉਸ ਤੋਂ ਬਾਅਦ ਅੱਗੇ ਦੇਖੋ ਇੱਕ ਹੋਰ ਵੀ ਗੱਲ ਮੈਂ ਦੱਸ ਦਿੰਦਾ ਜੋ ਇੰਪੇਰਟਿਵ ਸੈਂਟੈਂਸਸ ਡੂ ਨਾਟ ਤੋਂ ਸ਼ੁਰੂ ਹੋ ਸਕਦੇ ਨੇ ਡੂ ਨਾਟ ਸ਼ੁਰੂ ਚ ਡੂ ਨਾਟ ਆ ਸਕਦਾ ਡੂ ਨਾਟ ਠੀਕ ਹੈ ਜਿਸ ਤਰ੍ਹਾਂ ਡੂ ਨੋਟ ਡਿਸਟਰਬ ਮੀ ਠੀਕ ਹੈ ਜਾਂ ਨੈਵਰ ਤੋਂ ਸ਼ੁਰੂ ਹੋ ਸਕਦੇ ਨੇ ਨੈਵਰ ਟੈਲ ਅਲਾਈ ਜਿਸ ਤਰ੍ਹਾਂ ਹੋ ਗਿਆ ਠੀਕ ਹੈ ਸੋ ਇਸ ਤਰ੍ਹਾਂ ਦੇ ਸੈਂਟੈਂਸ ਨੂੰ ਆਪਾਂ ਕਹਿੰਦੇ ਇੰਪੇਰਟਿਵ ਸੈਂਟੈਂਸ ਅੱਗੇ ਦੇਖੋ ਲਾਸਟ ਆਪਣਾ ਆ ਗਿਆ ਐਕਸਕਲੇਮ ਇੱਕ ਹੋਰ ਇਸ ਤੋਂ ਬਾਅਦ ਚੌਥਾ ਹੈ ਐਕਸਕਲੇਮੇਟਰੀ ਆਪਟੇਟਿਵ ਸੈਂਟੈਂਸਸ ਵੀ ਹੈਗੇ ਨੇ ਅੱਗੇ ਆ ਦੇਖੋ ਆਪਟੇਟਿਵ ਆਪਾਂ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਪ੍ਰੈਕਟਿਸ ਸੈਟ ਲਗਾਵਾਂਗੇ ਬੇਟਾ ਧਿਆਨ ਨਾਲ ਸੁਣਦੇ ਰਹੋ ਐਨ ਐਕਸਕਲੇਮੇਟਰੀ ਸੈਂਟੈਂਸ ਮੇਕਸ ਅ ਸਟੇਟਮੈਂਟ ਇਸ ਦੇ ਵਿੱਚ ਵੀ ਸਟੇਟਮੈਂਟ ਤਾਂ ਹੈਗੀ ਆ ਪਰ ਸਟੇਟ ਸਡਨ ਸਟਰੋਂਗ ਇਮੋਸ਼ਨ ਠੀਕ ਹੈ ਇੱਕਦਮ ਜੋ ਹੈ ਕੋਈ ਭਾਵਨਾ ਆਪਣੇ ਅੰਦਰੋਂ ਨਿਕਲੀ ਦਿਲੋਂ ਠੀਕ ਹੈ ਉਸ ਨੂੰ ਐਕਸਪ੍ਰੈਸ ਕਰਦੀ ਹੈ ਐਕਸਕਲੇਮੇਟਰੀ ਸੈਂਟੈਂਸ ਜਿਹੜੇ ਹੁੰਦੇ ਨੇ ਠੀਕ ਹੈ ਜਾਂ ਐਕਸਾਈਟਮੈਂਟ ਹੁੰਦੀ ਹੈ ਨਾ ਸੈਂਟੈਂਸਿਸ ਦੇ ਵਿੱਚ ਠੀਕ ਹੈ ਐਕਸਾਈਟਮੈਂਟ ਨਾਲ ਇਹ ਕਹੇ ਗਏ ਹੁੰਦੇ ਨੇ ਵਾਕ ਯਾਨੀ ਕਿ ਡਰ ਨਾਲ ਮਤਲਬ ਗੱਲ ਕਹੀ ਹੋ ਸਕਦੀ ਹੈ ਖੁਸ਼ੀ ਨਾਲ ਵੀ ਗੱਲ ਕਹੀ ਗਈ ਹੋ ਸਕਦੀ ਹੈ ਅਚਾਨਕ ਇਕਦਮ ਠੀਕ ਹੈ ਸੋ ਗਮ ਨਾਲ ਦੁੱਖ ਨਾਲ ਵੀ ਗੱਲ ਕੋਈ ਹੋ ਸਕਦੀ ਹੈ ਹੈਰਾਨੀ ਨਾਲ ਕੋਈ ਗੱਲ ਕਹੀ ਗਈ ਹੋ ਸਕਦੀ ਹੈ ਠੀਕ ਹੈ ਇਸ ਤਰ੍ਹਾਂ ਦੇ ਸੈਂਟੈਂਸਸ ਨੂੰ ਕਹਿੰਦੇ ਆਪਾਂ ਐਕਸਕਲੇਮੇਟਰੀ ਸੈਂਟੈਂਸਸ ਠੀਕ ਹੈ ਐਗਜ਼ੈਪਲਸ ਦੇਖ ਲਓ ਇੱਕ ਹੋਰ ਹੈ ਇਨ੍ਹਾਂ ਇਨ੍ਹਾਂ ਸੈਂਟੈਂਸਸ ਦੇ ਲਾਸਟ ਦੇ ਨਾਲ ਹਮੇਸ਼ਾ ਜੋ ਹੈ ਤੁਹਾਨੂੰ ਇਹ ਮਿਲੇਗਾ ਐਕਸਕਲੇਮੇਸ਼ਨ ਮਾਰਕ ਜ਼ਰੂਰ ਹੋਊਗਾ ਇਹ ਸੈਂਟੈਂਸ ਦੇ ਵਿੱਚ ਕਿਤਨਾ ਕਿਤਨਾ ਲੱਗਿਆ ਹੋਊਗਾ ਜਿਵੇਂ ਇੱਥੇ ਹੋਰੇ ਲੱਗਿਆ ਹੋਇਆ ਠੀਕ ਹੈ ਤੇ ਇੱਕ ਆਹ ਵਾਰਡ ਜਿਹੜਾ ਨੇ ਕਿਹਾ ਹੈ ਐਚ ای ਵਾਈ ਹੈ ਇਹ ਇਸ ਤਰ੍ਹਾਂ ਦੇ ਵਰਡਸ ਨੂੰ ਆਪਾਂ ਕਹਿੰਦੇ ਆ ਇੰਟਰਜੈਕਸ਼ਨਸ ਆਪਾਂ ਪਾਰਟਸ ਆਫ ਸਪੀਚ ਵਾਲੀ ਵੀਡੀਓ ਪਹਿਲਾਂ ਕਰ ਚੁੱਕੇ ਹਾਂ ਉਸ ਦੇ ਵਿੱਚ ਦੱਸਿਆ ਹੋਇਆ ਸੀਗਾ ਇਹ ਇੰਟਰਜੈਕਸ਼ਨ ਹੈ ਕੀ ਇਹ ਇੰਟਰਜੈਕਸ਼ਨ ਹੈ ਯਾਨੀ ਕਿ ਐਕਸਕਲਮੇਟਰੀ ਸੈਂਟੈਂਸਸ ਦੇ ਵਿੱਚ ਇੰਟਰਜੈਕਸ਼ਨਸ ਵੀ ਹੋ ਸਕਦੇ ਨੇ ਜਾਂ ਲਾਸਟ ਤੇ ਤੁਹਾਨੂੰ ਇਹ ਐਕਸਕਲੇਮੇਸ਼ਨ ਮਾਰਕ ਜ਼ਰੂਰ ਮਿਲੂਗਾ ਠੀਕ ਹੈ ਐਕਸਕਲੇਮੇਸ਼ਨ ਮਾਰਕ ਜੋ ਹੈ ਓਪੇਟੇਟਿਵ ਸੈਂਟੈਂਸ ਦੇ ਵਿੱਚ ਵੀ ਹੁੰਦਾ ਇਸ ਦੇ ਵਿੱਚ ਜਿਵੇਂ ਆਇਆ ਹੋਇਆ ਦੇਖੋ ਇਸ ਦੇ ਵਿੱਚ ਵੀ ਆਇਆ ਹੋਇਆ ਪਰ ਇਹਨਾਂ ਦੇ ਵਿੱਚ ਡਿਫਰੈਂਸ ਹੈ ਇਹ ਜਿਹੜੇ ਅਪਰੇਟਿਵ ਸੈਂਟੈਂਸ ਨੇ ਇਹਨਾਂ ਦੇ ਵਿੱਚ ਜੋ ਹੈ ਕੋਈ ਨਾ ਕੋਈ ਜੋ ਹੈ ਵਿਸ਼ ਕਿਤੀ ਗਈ ਹੁੰਦੀ ਹੈ ਇੱਛਾ ਵਿਅਕਤ ਕੀਤੀ ਗਈ ਹੁੰਦੀ ਹੈ ਠੀਕ ਹੈ ਕਿਸੇ ਨੂੰ ਕੋਈ ਅਸ਼ੀਰਵਾਦ ਦਿੱਤਾ ਗਿਆ ਹੁੰਦਾ ਹੈ ਪ੍ਰੇਅਰ ਕੀਤੀ ਗਈ ਹੁੰਦੀ ਹੈ ਠੀਕ ਹੈ ਕਿਸੇ ਨੂੰ ਅਭਿਸ਼ਾਪ ਜਾਂ ਸ਼ਰਾਪ ਆਪਾਂ ਕਹਿ ਸਕਦੇ ਹਾਂ ਉਹ ਦਿੱਤਾ ਗਿਆ ਹੋ ਸਕਦਾ ਹੈ ਠੀਕ ਹੈ ਇਹ ਅਲੱਗ ਤਰ੍ਹਾਂ ਦੇ ਸੈਂਟੈਂਸਿਸ ਨੇ ਐਕਸਕਲੇਮੇਸ਼ਨ ਮਾਰਕ ਜ਼ਰੂਰ ਹੁੰਦਾ ਇਹਨਾਂ ਦੇ ਵਿੱਚ ਇਹਨਾਂ ਚ ਇੱਕ ਹੋਰ ਗੱਲ ਵੀ ਹੁੰਦੀ ਹੈ ਮੇ ਤੋਂ ਸਟਾਰਟ ਹੁੰਦੇ ਆ ਆਮ ਤੌਰ ਤੇ ਜਨਰਲੀ ਜੋ ਹੈ ਇਹਨਾਂ ਦੇ ਸ਼ੁਰੂ ਚ ਨਾ ਮੇ ਲਿਖਿਆ ਹੁੰਦਾ ਹੈ ਤੇ ਲਾਸਟ ਤੇ ਐਕਸਕਲੇਮੇਸ਼ਨ ਮਾਰਕ ਹੁੰਦਾ ਹੈ ਇੱਧਰ ਐਕਸਕਲੇਮੇਸ਼ਨ ਮਾਰਕ ਹੋ ਸਕਦਾ ਪਰ ਮੇਨ ਹੀ ਹੋਊਗਾ ਇਹਨਾਂ ਦੇ ਵਿੱਚ ਕਦੇ ਵੀ ਅੱਗੇ ਲਿਖਿਆ ਹੋਇਆ ਠੀਕ ਹੈ ਐਕਸਕਲੇਮੇਟਰੀ ਦੇ ਵਿੱਚ ਅੱਗੇ ਕਦੇ ਵੀ ਮੇਨ ਹੀ ਹੋਊਗਾ ਠੀਕ ਹੈ ਲਾਸਟ ਤੇ ਐਕਸਕਲੇਮੇਸ਼ਨ ਮਾਰਕ ਜਰੂਰ ਹੋ ਸਕਦਾ ਹੈ ਠੀਕ ਹੈ ਚਲੋ ਅੱਗੇ ਆਪਾਂ ਕਰਦੇ ਹਾਂ ਦੇਖੋ ਹੁਣ ਕਲੀਅਰ ਹੋ ਗਿਆ ਹੋਗਾ ਹੁਣ ਤੱਕ ਸਾਨੂੰ ਸਾਰਿਆਂ ਨੂੰ ਖੇਲੋ ਆਪਾਂ ਹੁਣ ਪ੍ਰੈਕਟਿਸ ਸੈਟ ਦੇਖਾਂਗੇ ਸੈਂਟੈਂਸ ਸਾਰੇ ਐਕਸਕਲੇਮੇਟਰੀ ਆਪਣਾ ਆਪਰੇਟਿਵ ਦੇ ਐਗਜ਼ੈਂਪਲਸ ਨੇ ਦੋਨੋਂ ਮੈਂ ਤੁਹਾਨੂੰ ਕਲੀਅਰ ਕਰ ਦਿੱਤੇ ਆਪਰੇਟਿਵ ਸੈਂਟੈਂਸ ਠੀਕ ਹੈ ਤੇ ਆਪਣਾ ਐਕਸਕਲੇਮੇਟਰੀ ਸੈਂਟੈਂਸ ਦੇ ਵਿੱਚ ਡਿਫਰੈਂਸ ਹੋ ਗਿਆ ਚਲ ਜੋ ਹੈ ਐਵਰੀ ਸੈਂਟੈਂਸ ਬਿਕਸ ਵਿਦ ਅ ਕੈਪੀਟਲ ਲੈਟਰ ਕੋਈ ਵੀ ਸੈਂਟੈਂਸ ਹੈ ਪੰਜ ਤਰ੍ਹਾਂ ਦੀ ਆਪਾਂ ਨੇ ਟਾਈਪਸ ਕੀਤੀਆਂ ਨੇ ਠੀਕ ਹੈ ਕਿਸੇ ਵੀ ਟਾਈਪ ਦਾ ਸੈਂਟੈਂਸ ਹੈ ਉਹ ਹਮੇਸ਼ਾ ਕੈਪੀਟਲ ਲੈਟਰ ਤੋਂ ਸ਼ੁਰੂ ਕਰਨਾ ਹੈ ਵੱਡੇ ਅੱਖਰ ਤੋਂ ਸ਼ੁਰੂ ਕਰਨਾ ਹੈ ਠੀਕ ਹੈ ਆ ਫੁੱਲ ਸਟਾਪ ਔਰ ਪੀਰੀਅਡ ਇਸ ਪਲੇਸਡ ਐਟ ਦੀ ਐਂਡ ਆਫ ਐਵਰੀ ਇੰਪੈਰੇਟਿਵ ਔਰ ਅ ਸਰਟਿਵ ਸੈਂਟੈਂਸ ਇਹ ਧਿਆਨ ਰੱਖਣਾ ਇੰਪੈਰੇਟਿਵ ਤੇ ਅ ਸਰਟਿਵ ਸੈਂਟੈਂਸ ਦੇ ਐਂਡ ਤੇ ਹਮੇਸ਼ਾ ਜੋ ਹੈ ਕੀ ਲੱਗਦਾ ਬੇਟਾ ਫੁੱਲ ਸਟਾਪ ਲੱਗਦਾ ਹੈ ਫੁੱਲ ਸਟਾਪ ਇਹ ਧਿਆਨ ਰੱਖਣਾ ਠੀਕ ਹੈ ਉਸ ਤੋਂ ਬਾਅਦ ਅਗਲੇ ਦੇਖ ਲਓ ਅਮਾਰਕ ਆਫ ਐਕਸਕਲੇਮੇਸ਼ਨ ਇਜ਼ ਪਲੇਸਡ ਐਟ ਦੀ ਐਂਡ ਆਫ ਏਵਰੀ ਆਪਰੇਟਿਵ ਐਂਡ ਐਕਸਕਲੇਮਟਰੀ ਸੈਂਟੈਂਸਿਜ਼ ਆਪਰੇਟਿਵ ਹੋਵੇ ਜਾਂ ਐਕਸਕਲੇਮਟਰੀ ਸੈਂਟੈਂਸ ਹੋਵੇ ਇਹਨਾਂ ਦੇ ਵਿੱਚ ਮਾਰਕ ਆਫ ਐਕਸਕਲੇਮੇਸ਼ਨ ਇਹ ਵਾਲਾ ਮਾਰਕ ਜੋ ਹੈ ਜਰੂਰ ਲੱਗਿਆ ਹੋਊਗਾ ਠੀਕ ਹੈ ਉਸ ਤੋਂ ਬਾਅਦ ਹੈ ਅ ਕੁਐਸਚਨ ਮਾਰਕ ਇਜ਼ ਪਲੇਸਡ ਐਟ ਦੀ ਐਂਡ ਆਫ ਏਵਰੀ ਇਨਟ੍ਰੋਗੇਟਿਵ ਸੈਂਟੈਂਸ ਪ੍ਰਸ਼ਨਵਾਚਕ ਵਾਕ ਦੇ ਅੰਤ ਵਿੱਚ ਹਮੇਸ਼ਾ ਜੋ ਹੈ ਇਹ ਸਾਈਨ ਤੁਹਾਨੂੰ ਮਿਲੇਗਾ ਪ੍ਰਸ਼ਨਵਾਚਕ ਚਿੰਨ ਜਿਸ ਨੂੰ ਕਿ ਆ ਕੁਐਸਚਨ ਆਫ ਮਾਰਕ ਆਪਾਂ ਕਹਿ ਸਕਦੇ ਹਾਂ ਉਹ ਹੁੰਦਾ ਹੈ ਠੀਕ ਹੈ ਚਲ ਜੇ ਤੁਹਾਨੂੰ ਕਿੰਨਕ ਜੋ ਹੈ ਸਮਝ ਆਇਆ ਹੈ ਠੀਕ ਹੈ ਆਪਾਂ ਕਰਦੇ ਹਾਂ ਸ਼ੁਰੂ ਹੁਣੇ ਹੀ ਹਾਂਜੀ ਬੇਟਾ ਆ ਗਿਆ ਆਪਣੇ ਕੋਲ ਦੇਖੋ ਐਮਸੀਕਿਊਜ਼ ਆਓ ਦੇਖੋ ਕਿੰਨਕ ਤੁਹਾਨੂੰ ਸਮਝ ਆਇਆ ਤੁਹਾਡਾ ਟੈਸਟ ਹੋ ਜਾਏਗਾ ਨਾਲੇ ਤਿਆਰੀ ਹੋ ਜਾਏਗੀ ਫਰਸਟ ਕੁਸਚਨ ਦੇਖੋ ਸੈਂਟੈਂਸਿਸ ਕੈਨ ਬੀ ਕਲਾਸੀਫਾਈਡ ਇਨਟੂ ਡੈਸ਼ ਇੰਪੋਰਟੈਂਟ ਟਾਈਪਸ ਸੈਂਟੈਂਸ ਕਿੰਨੇ ਤਰ੍ਹਾਂ ਦੇ ਹੋ ਸਕਦੇ ਨੇ ਉਹਨਾਂ ਦੀ ਪਰਫਾਰਮ ਫੰਕਸ਼ਨ ਦੇ ਆਧਾਰ ਤੇ ਠੀਕ ਹੈ ਇਹ ਆਪਾਂ ਜੋ ਹੈ ਡਿਸਕਸ ਕੀਤਾ ਸੀ ਹੁਣੇ ਹੀ ਬੇਟਾ ਬੀ ਆਪਸ਼ਨ கரੈਕਟ ਹੈ ਪੰਜ ਤਰ੍ਹਾਂ ਦੇ ਹੁੰਦੇ ਨੇ ਵਿਚ ਆਫ ਦਾ ਫਲੋਇੰਗ ਇਜ਼ ਨੋਟ ਅ ਟਾਈਪ ਆਫ ਸੈਂਟੈਂਸ ਇਹਨਾਂ ਵਿੱਚੋਂ ਦਿੱਤੇ ਵਿੱਚੋਂ ਜਿਹੜਾ ਦੱਸੋ ਵੀ ਸੈਂਟੈਂਸ ਦੀ ਟਾਈਪ ਕਿਹੜੀ ਨਹੀਂ ਹੈ ਨੋਟ ਆਇਆ ਹੋਇਆ ਦੇਖ ਲਓ ਨੋਟ ਕਿਹੜੀ ਟਾਈਪ ਦੇ ਵਿੱਚ ਨਹੀਂ ਹੁੰਦਾ ਸੈਂਟੈਂਸ ਦੀ ਟਾਈਪ ਵਿੱਚ ਨਹੀਂ ਆਉਂਦੀ ਠੀਕ ਹੈ ਸਰਟਿਵ ਹੁੰਦਾ ਹੈ ਇਨਟਰਾਗੇਟਿਵ ਹੁੰਦਾ ਹੈ ਆਪਰੇਟਿਵ ਹੁੰਦਾ ਹੈ ਜੀਰਲ ਜੀਰਲ ਨਹੀਂ ਹੁੰਦਾ ਠੀਕ ਹੈ ਇਹ ਅਲੱਗ ਚੀਜ਼ ਹੋ ਗਈ ਅੱਗੇ ਦੇਖੋ ਵਿਚ ਆਫ ਦਾ ਫਲੋਇੰਗ ਇਜ਼ ਨੋਟ ਅ ਟਾਈਪ ਆਫ ਸੈਂਟੈਂਸ ਇਹਨਾਂ ਵਿੱਚ ਸੈਂਟੈਂਸ ਦੀ ਟਾਈਪ ਕਿਹੜੀ ਨਹੀਂ ਹੈ ਐਕਸਕਲੇਮੇਟਰੀ ਹੁੰਦਾ ਹੈ ਇੰਪੈਰੇਟਿਵ ਠੀਕ ਆ ਪਾਰਟਿਸਪਲ ਜੋ ਹੈ ਨਹੀਂ ਹੁੰਦਾ ਯਾਨੀ ਕਿ ਸੀ ਆਪਸ਼ਨ ਇਸ ਦੇ ਵਿੱਚ ਕਰੈਕਟ ਸਰਟੀ ਵੀ ਹੁੰਦਾ ਸੈਂਟੈਂਸ ਅੱਗੇ ਦੇਖੋ ਐਨ ਆ ਸਰਟੀਫ ਸੈਂਟੈਂਸ ਐਕਸਪ੍ਰੈਸਸ ਡੈਸ਼ ਇਹ ਕਾ ਸਰਟੀਫ ਸੈਂਟੈਂਸ ਕੀ ਐਕਸਪ੍ਰੈਸ ਕਰਦਾ ਹੈ ਸਟੇਟਮੈਂਟ ਅਸਰਸ਼ਨ ਬੋਥ ਐਂਡ ਵੀ ਸੀ ਬੋਥ ਐਂਡ ਵੀ ਆਨਸਰ ਆ ਗਿਆ ਬੇਟਾ ਕਿਉਂਕਿ ਅਸਰਸ਼ਨ ਤੇ ਸਟੇਟਮੈਂਟ ਦਾ ਮਤਲਬ ਕੀ ਹੈ ਸੇਮ ਹੈ ਮੀਨਿੰਗ ਹੁੰਦਾ ਇਹਨਾਂ ਦਾ ਠੀਕ ਹੈ ਸੀ ਆਪਸ਼ਨ ਕਰੈਕਟ ਹੈ ਅੱਗੇ ਦੇਖੋ ਐਨ ਆ ਸਰਟੀਫ ਸੈਂਟੈਂਸ ਮੇ ਵੀ ਡੈਸ਼ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਸਰਟੀਫ ਸੈਂਟੈਂਸ ਪੋਜ਼ਿਟਿਵ ਹੋ ਸਕਦਾ ਹੈ ਨੈਗੇਟਿਵ ਹੋ ਸਕਦਾ ਹੈ ਐਫਰਮੇਟਿਵ ਹੋ ਸਕਦਾ ਹੈ all of the above assertive sentence थे, affirmative थे, affirmative थे, all of the above aayega all of the above ٹھیک ہے all of the above ہے کیونکہ assertive sentence جو کی ہے اس سی غلط لکھا گیا ہے تھے all of the above ہے بیٹا all of the above assertive sentence ਨੂੰ ਆਪਾਂ پوزٹیو بھی ہو سکتا ہے نیگیٹو بھی ہو سکتا ہے ٹھیک ہے افیرمیٹیو ਤਾਂ پوزٹیو تے افیرمیٹیو ایکوں ਨੂੰ ਆਪਾਂ کہہ دندے ہیں پوزٹیو تے افیرمیٹیو ٹھیک ہے سیم میننگ رکھ دیں اس کرکے یہ تینوں صحیح نے all of the above مستمع دیکھو ان انٹروگेटिव सेंटेंस ایکسپریسز ਇੰਟਰੋਗੇਟਿਵ ਸੈਂਟੈਂਸ ਕੀ ਐਕਸਪ੍ਰੈਸ ਕਰਦਾ ਹੈ ਅ ਕੁਐਸਚਨ ਐਕਸਪ੍ਰੈਸ ਕਰਦਾ ਹੈ ਹਮੇਸ਼ਾ ਠੀਕ ਹੈ ਐਨ ਇੰਪੈਰੇਟਿਵ ਸੈਂਟੈਂਸ ਐਕਸਪ੍ਰੈਸ ਇਜ਼ ਡੈਸ ਇੰਪੈਰੇਟਿਵ ਸੈਂਟੈਂਸ ਕੀ ਐਕਸਪ੍ਰੈਸ ਕਰਦਾ ਹੈ ਐਡਵਾਈਸ ਕਮਾਂਡ ਰਿਕੁਐਸਟ ਆਲ ਆਫ ਦੀ ਅਬਵ ਆਲ ਆਫ ਦੀ ਅਬਵ ਆਨਸਰ ਆ ਗਿਆ ਬੇਟਾ ਕਿਉਂਕਿ ਇੰਪੈਰੇਟਿਵ ਸੈਂਟੈਂਸ ਇਹ ਸਾਰੀਆਂ ਚੀਜ਼ਾਂ ਦੱਸਦਾ ਹੈ ਐਡਵਾਈਸ ਵੀ ਹੋ ਸਕਦੀ ਹੈ ਉਸ ਦੇ ਵਿੱਚ ਕਮਾਂਡ ਵੀ ਹੋ ਸਕਦੀ ਹੈ ਰਿਕੁਐਸਟ ਵੀ ਹੋ ਸਕਦੀ ਹੈ ਐਨ ਐਕਸਕਲੇਮੇਟਰੀ ਸੈਂਟੈਂਸ ਐਕਸਪ੍ਰੈਸ ਇਜ਼ ਐਕਸਕਲੇਮੇਟਰੀ ਸੈਂਟੈਂਸ ਕੀ ਐਕਸਪ੍ਰੈਸ ਕਰਦਾ ਹੈ ਸਡਨ ਸਟਰੋਂਗ ਇਮੋਸ਼ਨ ਕਮਾਂਡ ਕੁਐਸਚਨ ਅਸਰਸਨ ਇਹ ਆਪਸ਼ਨ ਕਰੈਕਟ ਹੈ ਏ ਆਪਸ਼ਨ கரੈਕਟ ਹੈ ਬੇਟਾ ਕਿਉਂਕਿ ਜੋ ਹੈ ਇਨਟਰਾਗੇਟਿਵ ਆਪਣਾ ਇੱਕ ਕੁਲਿਮੈਟਰੀ ਸੈਂਟੈਂਸਸ ਦੇ ਵਿੱਚ ਕੀ ਹੁੰਦੀ ਹੈ ਸਡਨ ਸਟਰੋਂਗ ਇਮੋਸ਼ਨ ਜੋ ਹੈ ਐਕਸਪਰੈਸ ਕੀਤੀ ਜਾਂਦੀ ਹੈ ਐਨ ਆਪਟੇਟਿਵ ਸੈਂਟੈਂਸ ਐਕਸਪਰੈਸਿਸ ਆਪਟੇਟਿਵ ਸੈਂਟੈਂਸ ਵਿੱਚ ਕੀ ਕੀ ਹੋ ਸਕਦਾ ਹੈ ਪ੍ਰੇਅਰ ਹੋ ਸਕਦੀ ਹੈ ਬਿਲਕੁਲ ਕੀਨ ਵਿਸ਼ ਇੱਛਾ ਬਿਲਕੁਲ ਹੋ ਸਕਦੀ ਹੈ ਕਰਸ ਅਭਿਸ਼ਾਪ ਹੋ ਸਕਦਾ ਹੈ 올 ਆਫ दी व यानी कि सारे डी आंसर கரੈਕਟ ਹੋ ਗਿਆ ਫਾਈਂਡ द एग्जांपल ऑफ ਸਰਟਿਵ ਸੈਂਟੈਂਸ ਅ ਸਰਟਿਵ ਸੈਂਟੈਂਸ ਦਾ एग्जांपल ਦੱਸਣਾ ਇਹਦੇ ਵਿੱਚੋਂ ਵੇਅਰ ਇਜ਼ ਮਾਈ ਬੁੱਕ ਇਹ ਤਾਂ ਇਨਟਰਾਗੇਟਿਵ ਹੋ ਗਿਆ ਸੀ ਸਪੀਕਸ ਦਾ ਟਰੂਥ ਅ ਸਰਟਿਵ ਹੈ ਪਲੀਜ਼ ਹੈਲਪ यह आ गया इम्पेरेटिव मैं यू लिव लगा एक्सिलमेंटरी हो गया ठीक है असरटिव पुछे असरटिव बी है सी स्पीक्स द ट्रूथ चलो अगे पिक आउट द इंट्रोगेटिव सेंटेंस इंटरोगेटिव सेंटेंस लगभग क्या आई विश यू नहीं है अपना हो गया यहव हो गया ठीक है लीव दिस प्लेस वेयर इज आ गया इंटरोगेटिव सी ऑप्शन करेक्ट है ठीक है अगे चलो विच ऑफ द फलोइंग इज नॉट एन एग्जाम्पल ऑफ इंपेरेटिव सेंटेंस इंपेरेटिव सेंटेंस एग्जैम्पल नहीं है लीव दिस प्लेस ਆਲਵੇਸ ਸਪੀਕ ਦਾ ਟਰੂਥ ਸਿਟ ਡਾਊਨ ਵਾਟ ਅ ਲਵਲੀ ਇਹ ਡੀ ਹੈ ਇਹ ਇੰਪੈਰੇਟਿਵ ਸੈਂਟੈਂਸ ਨਹੀਂ ਹੈ ਐਕਸਕਲੇਮੇਟਰੀ ਹੈ ਇਹ ਠੀਕ ਹੈ ਬਾਕੀ ਇੰਪੈਰੇਟਿਵ ਨੇ ਫਾਈਂਡ ਆਡ ਵਨ ਆਊਟ ਅਲੱਗ ਲੱਭੋ ਇਹਨਾਂ ਵਿੱਚੋਂ ਕਿਹੜਾ ਵੱਖਰਾ ਕਿਹੜਾ ਹੈ ਵਾਟ ਅ ਫਾਈਨ ਹਿੱਟ ਐਮ ਆ ਸਟਰੋਂਗ ਹੋਰਾ ਵੀ ਵਨ ਦਾ ਵਿੱਚ ਹਾਊ ਹੌਟ ਇਟ ਇਜ਼ ਟੁਡੇ ਇਹਨਾਂ ਦੇ ਵਿੱਚੋਂ ਅਲੱਗ ਕੌਣ ਹੈ ਇਹ ਹੈ ਬੀ ਆਪਸ਼ਨ ਅਲੱਗ ਹੈ ਬਿਲਕੁਲ ਇਹ ਇੰਟਰੋਗੇਟਿਵ ਹੈ ਬਾਕੀ ਐਕਸਕਲੇਮੇਟਰੀ ਨੇ ਠੀਕ ਹੈ ਅੱਗੇ ਚਲੋ ਫਾਈਂਡ ਆਡ ਵਨ ਆਊਟ ਮੇ ਯੂ ਲਿਵ ਲੌਂਗ ਆਈ ਵਿਸ਼ ਯੂ ਵਰ ਰਿਚ ਸ਼ੀ सिंगस वैल मे यू सक्सीड सी ऑप्शन है ठीक है क्योंकि बाकी सारे की ने ऑपरेटिव संटेंसिज ने यह जो है असरटिव सेंटेंस है क्वेश्चन मार्क इज प्लेस्ड एट द एंड ऑफ डैश सेंटेंस क्वेश्चन मार्क किस तरह के सेंटेंस के एंड लगता है पहला ही ऑप्शन ठीक है एन इंट्रोगेटिव सेंटेंस ठीक है इंट्रोगेटिव सेंटेंस के लास्ट से आप लगाने क्वेश्चन मार्क ठीक है बेटा तो इंट्रोगेटिव सेंटेंस संटेंसा आंसर हो गया ए ऑप्शन यानी कि अगर देखो डैश सेंटेंस बिगनस विद द कैप्टल लैटर ਸੈਂਟੈਂਸ ਕਿਹੜਾ ਕੈਪੀਟਲ ਲੈਟਰ ਤੋਂ ਸ਼ੁਰੂ ਹੁੰਦਾ ਹੈ ਸਰਟਿਵ ਇੰਟਰੋਗੈਟਿਵ ਐਕਸਕਲੇਮੇਟਰੀ ਆਲ ਆਫ ਸਾਰੇ ਹੁੰਦੇ ਨੇ ਆਲ ਆਫ ਦੀ ਵ ਹੋ ਗਿਆ ਠੀਕ ਹੈ ਅ ਫੁੱਲ ਸਟਾਪ ਇਜ਼ ਪਲੇਸਡ ਐਟ ਦੀ ਐਂਡ ਆਫ ਡੈਸ਼ ਕਾਈਂਡ ਆਫ ਸੈਂਟੈਂਸਿਸ ਕਿਹਨਾ ਸੈਂਟੈਂਸਿਸ ਦੇ ਐਂਡ ਤੇ ਜੋ ਹੈ ਫੁੱਲ ਸਟਾਪ ਲੱਗਦਾ ਹੈ ਇੰਪੈਰੇਟਿਵ ਦੇ ਅਸਰਟਿਵ ਦੇ ਨਨ ਆਫ ðiਜ਼ ਬੋਥ ਆਫ ðiਜ਼ ਬੋਥ ਆਫ ðiਜ਼ ਸੈਂਟੈਂਸ ਇੰਪੈਰੇਟਿਵ ਹੋਇਆ ਜਾਂ ਅਸਰਟਿਵ ਹੋਇਆ ਇਹਨਾਂ ਦੇ ਐਂਡ ਤੇ ਫੁੱਲ ਸਟਾਪ ਲੱਗਦਾ ਹੈ ਬੇਟਾ ਠੀਕ ਹੈ ਅਗੇ ਚਲੋ ਅ ਮਾਰਕ ਆਫ ਐਕਸਕਲੇਮੇਸ਼ਨ ਹੈਜ਼ ਕਨੈਕਸ਼ਨ ਵਿ ਐਕਸਕਲੇਮੇਟਰੀ ਨਾਲ ਹੈ ਏ ਆਈਦਰ ਏ ਨਾਲ ਹੈ ਜਾਂ ਬੀ ਨਾਲ ਹੈ ਜਾਂ ਦੋਨਾਂ ਨਾਲ ਹੈ ਦੋਨਾਂ ਨਾਲ ਹੀ ਹੈ ਠੀਕ ਹੈ ਕਿਉਂਕਿ ਸੈਂਟੈਂਸ អូបਟੇਟਿਵ ਹੋਵੇ ਐਕਸਕਲੇਮੇਟਰੀ ਹੋਵੇ ਉਹਨਾਂ ਦੇ ਵਿੱਚ ਜੋ ਹੈ ਮਾਰਕ ਆਫ ਐਕਸਕਲੇਮੇਸ਼ਨ ਜੋ ਹੈ ਲੱਗਦਾ ਹੀ ਲੱਗਦਾ ਹੈ ਠੀਕ ਹੈ ਅੱਗੇ ਚਲੋ ਐਨ ਅਸਰਟਿਵ ਸੈਂਟੈਂਸ ਮੇ ਵੀ ਡੈਸ਼ ਅਸਰਟਿਵ ਸੈਂਟੈਂਸ ਹੋ ਸਕਦਾ ਹੈ ਪੋਜ਼ਿਟਿਵ ਹੋ ਸਕਦਾ ਹੈ 네ਗੇਟਿਵ ਹੋ ਸਕਦਾ ਹੈ ਜਾਂ ਦੋਨੋਂ ਹੋ ਸਕਦਾ ਹੈ ਜਾਂ ਇੱਕ ਹੈ ਜਾਂ ਦੋ ਹੈ ਇਹ ਦੋਨੋਂ ਹੈ ਬੀ ਸੀ ਆਪਸ਼ਨ கரੈਕਟ ਹੋ ਗਿਆ ਠੀਕ ਹੈ ਸੀ ਆਪਸ਼ਨ ਬੇਟਾ கரੈਕਟ ਹੈ ਠੀਕ ਹੈ ਕਿਉਂਕਿ ਅ ਸਰਟਿਫਾਈ ਸੈਂਟੈਂਸ ਪੋਜ਼ਿਟਿਵ ਵੀ ਹੋ ਸਕਦਾ ਹੈ ਨੈਗੇਟਿਵ ਵੀ ਹੋ ਸਕਦਾ ਹੈ ਅੱਗੇ ਦੇਖੋ ਵਿਚ ਆਫ ਦਾ ਫਲੋਇੰਗ ਇਜ਼ ਪਲੇਸਡ ਇਨ ਦਾ ਬਿਗਨਿੰਗ ਆਫ ਐਨ ਇਨਟ੍ਰੋਗੇਟਿਵ ਸੈਂਟੈਂਸ ਇਨਟ੍ਰੋਗੇਟਿਵ ਸੈਂਟੈਂਸ ਦੀ ਬਿਗਨਿੰਗ ਚ ਕੀ ਲੱਗਦਾ ਹੈ ਹੈਲਪਿੰਗ ਵਰਬ WH ਫੈਮਲੀ ਵਰਡ ਮੇਨ ਵਰਬ ਬੋਥ ए एंड बी ਬੋਥ ए एंड बी ਅਨਸਰ ਹੋ ਗਿਆ ਬੇਟਾ ਕਿਉਂਕਿ ਇਨਟ੍ਰੋਗੇਟਿਵ ਸੈਂਟੈਂਸ ਹੈ ਪ੍ਰਸ਼ਨਵਾਚਕ ਸੈਂਟੈਂਸ ਹੈ ਉਹ ਹੈਲਪਿੰਗ ਵਰਬ ਤੋਂ ਸ਼ੁਰੂ ਹੋ ਸਕਦਾ ਹੈ WH ਫੈਮਿਲੀ ਦੇ ਵਰਡ ਤੋਂ ਵੀ ਸ਼ੁਰੂ ਹੋ ਸਕਦਾ ਹੈ ਠੀਕ ਹੈ ਇਸੇ ਤੁਹਾਡਾ ਪ੍ਰੈਕਟਿਸ ਸੈੱਟ ਬੇਟਾ 20 ਕੁਐਸਚਨਸ ਆਪਾਂ ਡਿਸਕਸ ਕੀਤੇ ਉਮੀਦ ਕਰਦਾ ਹਾਂ ਸਾਰੇ ਬੱਚਿਆਂ ਨੂੰ ਸਮਝ ਲੱਗੀ ਹੋਊਗੀ ਬਾਕੀ ਹੋਰ ਵੀ ਐਗਜ਼ਾਮਪਲਸ ਤੁਹਾਡੀ ਬੁੱਕ ਦੇ ਵਿੱਚ ਫਰਸਟ ਲੈਸਨ ਦੀ ਐਕਸਰਸਾਈਜ਼ ਦੇ ਐਂਡ ਤੇ ਦਿੱਤੇ ਹੋਏ ਨੇ ਉੱਥੋਂ ਤੁਸੀਂ ਹੋਰ ਵੀ ਪ੍ਰੈਕਟਿਸ ਕਰ ਸਕਦੇ ਹੋ ਕਿਉਂਕਿ ਪੇਪਰ ਦੇ ਵਿੱਚ ਇੰਨਾ ਕੁਐਸਚਨਸ ਤੋਂ ਬਿਨਾਂ ਵੀ ਹੋਰ ਵੀ ਕੋਈ ਕੁਐਸਚਨ ਪੁੱਛਿਆ ਜਾ ਸਕਦਾ ਹੈ ਠੀਕ ਹੈ ਮੈਂ ਤਾਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਹ ਜੋ ਬਿਲ ਸੀ ਉਸ ਨੂੰ ਅਟੈਂਪਟ ਕਰ ਪਾਉਗੇ ਠੀਕ ਹੈ ਬੇਟਾ ਉਮੀਦ ਕਰਦਾ ਹੈ ਵੀਡੀਓ ਬਧੇ ਲੱਗੀ ਹੋਗੀ ਸੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਨਾ ਤਾਂ ਕਿ ਜਿਵੇਂ ਵੀ ਕੋਈ ਨਵੀਂ ਵੀਡੀਓ ਮੈਂ ਅਪਲੋਡ ਕਰਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਏ ਠੀਕ ਹੈ ਬੇਟਾ ਥੈਂਕ ਯੂ ਵੈਰੀ ਮਚ ਬੈਸਟ ਆਫ ਲੱਕ ਬਾਏ ਬਾਏ